ਹਾਂਜੀ ਕੀ ਨਾਮ ਹੈ ਜੀ? ਨਿਰਮਲ ਸਿੰਘ ਪੁੰਨੀਆ ਜੀ। ਸਰ ਕੀ ਕਹਿਣਾ ਚਾਹੁੰਦੇ ਹੋ, ਕਿੰਨੇ ਦਿਨ ਹੋ ਗਏ ਜੰਡਾਲੇ ਦੇ ਵਿੱਚ ਧਰਨੇ ਪ੍ਰਦਰਸ਼ਨ? ਦੇਖੋ ਜੀ, ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਸਾਡੇ ਕਾਨੂੰਨ ਖਿਲਾਫ ਬਣਾਇਆ, ਅੱਗੇ 70 ਸਾਲ ਤੋਂ ਸਾਡਾ ਮੁਲਕ ਚੱਲ ਰਿਹਾ ਅਤੇ ਸਾਡੇ 'ਤੇ ਇਹੋ ਜਿਹਾ ਕਾਨੂੰਨ ਕੋਈ ਲਾਗੂ ਨਹੀਂ ਹੋਇਆ ਅਤੇ ਇਸ ਕਰਕੇ ਇਹ ਜਿਹੜਾ ਕਾਨੂੰਨ ਆ ਇਹ ਬਹੁਤ ਖਤਰਨਾਕ ਕਾਨੂੰਨ ਆ ਸਾਡੇ ਕਿ ਜ਼ਮੀਨ ਜਾਇਦਾਦ ਦੇ। ਇਕੱਲੇ ਜ਼ਮੀਨ ਦੇ ਨਾਲ ਅਸੀਂ ਰੋਟੀ ਨਹੀਂ ਖਾਂਦੇ, ਇਹਦੇ 'ਚ ਬਹੁਤ ਦੁਨੀਆ ਰੋਟੀ ਖਾਂਦੀ ਹੈ, ਸਰਮਾਏਦਾਰ ਖਾਂਦੇ ਹੈ, ਗਰੀਬ ਮਜ਼ਦੂਰ ਸਾਡੇ ਨਾਲ ਕੰਮ ਕਰਕੇ ਰੋਟੀ ਖਾਂਦਾ, ਉਹਨੂੰ ਮਜ਼ਦੂਰ ਸਾਡੇ ਕੋਲ ਆਉਂਦਾ ਵਾ, ਉਹ 2 ਕੁਇੰਟਲ 4 ਕੁਇੰਟਲ ਉਹਨੂੰ ਰਾਸ਼ਨ ਚਾਹੀਦਾ, ਉਹ ਲੈ ਜਾਂਦਾ, ਕਣਕ ਲੈ ਜਾਂਦਾ, ਚਾਵਲ ਲੈ ਜਾਂਦਾ। ਮੁੜ ਕੇ ਕਿ ਇਹ ਕਾਨੂੰਨ ਬਣਨ ਦੇ ਨਾਲ ਇਹ ਜਿਹੜਾ ਰਾਸ਼ਨ ਸਾਡੀ ਕਣਕ ਹੈ, ਗੇਹੂੰ ਹੈ, ਇਹ ਸਾਡਾ ਸਿੱਧਾ ਜਿਹੜਾ ਘਰਾਣਿਆਂ ਕੋਲ ਚਲੇ ਜਾਣਾ। ਘਰਾਣਿਆਂ ਨੇ ਉਹ ਪੀਸ ਕੇ ਲਿਫਾਫਿਆਂ 'ਚ ਪਾ ਕੇ ਜਿਹੜਾ ਸਾਡੇ ਕੋਲ 20 ਰੁਪਈਏ ਲਿਆ, ਇਸੇ ਮਜ਼ਦੂਰ ਗਰੀਬ ਪਬਲਿਕ ਨੂੰ ਜਿਹੜਾ ਉਹਨਾਂ ਨੇ ਗਰੀਬ ਰਿਲੇਸ਼ਨ ਨੂੰ ਇਹਨਾਂ ਨੇ ਉਹ 40 ਤੋਂ 50 ਰੁਪਏ ਦੇਣਾ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਆਲੂ ਸਾਡੇ ਕੋਲ 5 ਤੋਂ 7 ਰੁਪਏ ਲੈ ਕੇ ਸਟੋਰ ਕਰਕੇ, ਜਦੋਂ ਇਹਨਾਂ ਦਾ ਪੂਰਾ ਸਟੋਰਾਂ 'ਤੇ ਕੰਟਰੋਲ ਹੋ ਜਾਂਦਾ ਤਾਂ ਫਿਰ ਇਹ ਬੰਦ ਕਰ ਦਿੰਦੇ ਆ 10-15 ਦਿਨ। ਮਾਰਕੀਟ 'ਚ ਜਦੋਂ ਨਹੀਂ ਹੁੰਦਾ, ਮਾਰਕੀਟ ਜਿਹੜੇ ਛੋਟੇ ਬੰਦੇ ਉਹ ਫਿਰ ਤਾਂ ਨੂੰ ਚਾੜਦੇ ਆ 10 ਵਾਲੀ ਚੀਜ਼, 20 ਵਾਲੀ 30 ਵਾਲੀ 40 ਦੀ। ਇਸ ਤਰ੍ਹਾਂ ਕਰਕੇ ਇਹ ਜਿਹੜੇ ਇਹ ਅਬਾਨੀ ਹੈ, ਵੱਡੇ ਵੱਡੇ ਘਰਾਣੇ ਹੈ, ਉਹ ਸਟੋਰ ਕਰਕੇ ਸਾਨੂੰ ਜਿਹੜੀ ਗਰੀਬ ਜਨਤਾ ਉਹਨੂੰ ਬਹੁਤ ਤਕਲੀਫ ਦੇਣ ਨੂੰਗੀ, ਉਹਨੂੰ ਮਰਨ ਨੂੰ ਮਜਬੂਰ ਕਰ ਦੂਗੀ। ਕਿਉਂ ਜਿਹੜੇ ਬੰਦੇ ਨੂੰ ਰਾਸ਼ਨ ਹੀ ਨਹੀਂ ਮਿਲੂ ਖਾਣ ਲਈ, ਪੇਟ ਭਰਨ ਲਈ, ਪੈਸਿਆਂ ਨੂੰ ਮਿਲੂਗਾ ਉਹਦੀ ਦਿਹਾੜੀ 300 ਰੁਪਈਆ, ਉਹਨੂੰ 300 ਦੇ ਰਾਸ਼ਨ ਨਾਲ ਉਹਦਾ ਪੇਟ ਹੀ ਨਹੀਂ ਭਰਦਾ, ਬੱਚਿਆਂ ਦੀ ਰੋਟੀ ਨਹੀਂ ਬਣਦੀ, ਫਿਰ ਕੱਪੜਾ ਲੀੜਾ ਵੀ ਪਾਉਣਾ। ਇਸ ਕਰਕੇ ਜਿਹੜੇ ਮੀਟਿੰਗਾਂ ਹੋਈਆਂ, ਮੀਟਿੰਗਾਂ ਦੇ ਵਿੱਚ ਸਿੱਟਾ ਕਿਉਂ ਨਹੀਂ ਲੱਗਾ? ਕਿਉਂਕਿ ਹੁਣ ਤੁਹਾਡੇ ਵੱਲੋਂ ਕਿਹਾ ਗਿਆ ਕਿ ਨਰਿੰਦਰ ਮੋਦੀ ਸਿੱਧਾ ਸਾਡੇ ਨਾਲ ਮੀਟਿੰਗ ਕੀਤੀ ਜਾਵੇ ਤਾਂ ਫਿਰ ਲੱਗਦਾ ਕੋਈ ਸਿੱਟਾ ਨਿਕਲੂਗਾ? ਦੇਖੋ ਭਾਅ ਜੀ, ਇਹ ਗੱਲ ਇਹ ਹੈ ਨਾ ਵੀ ਇਹ ਜਿਹੜੀਆਂ ਸਰਕਾਰਾਂ ਵਾ ਇਹ ਵੀ ਬਹੁਤ ਪੜ੍ਹੀਆਂ ਲਿਖੀਆਂ, ਬਹੁਤ ਚਾਲੂ ਆ, ਇਹ ਵੀ ਹਰ ਰੋਜ਼ ਲੋਕਾਂ ਦੇ ਵਿੱਚ ਪਬਲਿਕ ਦੇ ਵਿੱਚ ਘੁੰਮਦਾ ਵਾ। ਇਹਨਾਂ ਨੇ ਸਾਡੇ ਦੇ ਮਤਲਬ ਸਾਡੇ ਬੰਦਿਆਂ ਨੂੰ ਜਿਹੜਾ ਇਹ ਖਰਾਬ ਕਰਨਾ ਚਾਹੁੰਦੀਆਂ ਵੀ ਇਹ ਪਾਟ ਜਾਣਗੇ, ਇਹ ਇੱਧਰ ਉੱਧਰ ਹੋ ਜਾਣਗੇ ਅਤੇ ਜਦੋਂ ਪਾਟ ਗਏ ਤਾਂ ਸਾਡਾ ਕਾਨੂੰਨ ਇਹ ਬਣਿਆ ਰਹੂਗਾ। ਇਸ ਕਰਕੇ ਇਹ ਮੀਟਿੰਗਾਂ ਜ਼ਿਆਦੀਆਂ ਗਾਂਹ ਦੀ ਗਾਂਹ ਦੇਈ ਜਾਂਦੇ ਆ ਅਤੇ ਇਸ ਕਰਕੇ ਆ ਛਿੱਟਾ ਨਿਕਲੂਗਾ, ਨਿਕਲਣ ਨੂੰ ਟਾਈਮ ਲੱਗੂਗਾ। ਸੰਘਰਸ਼ ਤਿੱਖਾ ਹੋਊਗਾ? ਤਿੱਖਾ ਜੀ ਸੰਘਰਸ਼ ਤਾਂ ਅੱਗੇ ਤੁਸੀਂ ਦੱਸਿਆ, ਤੁਹਾਨੂੰ ਮੈਂ ਕਹੀ ਅੱਗੇ ਪਿੰਡਾਂ ਦੇ ਵਿੱਚੋਂ ਜਾਂਦੇ ਹਾਂ, ਜਿੱਦਣ ਪਹਿਲੀ ਤਿੱਲੀ 25 ਤਰੀਕ ਨੂੰ ਗਏ ਹਾਂ ਅਤੇ ਉੱਥੇ 50 ਟਰਾਲੀਆਂ ਗਈਆਂ ਸੀ, ਜਦੋਂ ਅਸੀਂ 11 ਤਰੀਕ ਨੂੰ ਗਏ ਹਾਂ ਅਤੇ ਮੇਰਾ ਖਿਆਲ ਆ ਵੀ ਉੱਥੇ ਕੋਈ 2-3 ਹਜ਼ਾਰ ਟਰਾਲੀ ਪਹੁੰਚ ਗਈ। ਹੁਣ ਵੀ ਇਹ ਆ ਕਿ ਦਿੱਲੀ 'ਚ ਅਸੀਂ ਜਾਂਦੇ ਹਾਂ, ਜਿਹੜੇ ਪਹਿਲਾਂ ਦੇ ਗਏ ਆ, ਮਹੀਨਾ ਪਹਿਲਾਂ ਦੇ ਬੈਠੇ ਆ, ਜਿਨ੍ਹਾਂ ਨੇ ਕੋਈ ਘਰ ਕੋਈ ਆਪਦੀ ਪ੍ਰੋਬਲਮ ਆ, ਵਾਪਸ ਆਉਂਦਾ। ਜੇ 3 ਟਰਾਲੀਆਂ ਆਉਂਦੀਆਂ ਤਾਂ 10 ਸਾਡੀਆਂ ਚਲੇ ਜਾਂਦੀਆਂ। ਮੀਂਹ ਪੈਣ ਦੇ ਨਾਲ ਜੰਡਾਲਾ ਗੁਰੂ ਜਿੱਥੇ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਕਿ ਟੈਂਟ ਵਗੈਰਾ ਵੀ ਗਿੱਲਾ ਹੋ ਗਿਆ, ਗਰਾਊਂਡ ਸਾਰੀ ਗਿੱਲੀ ਹੋ ਗਈ, ਅਤੇ ਲੱਗਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ? ਦੇਖੋ ਜੀ, ਮੁਸ਼ਕਲ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ, ਜਦੋਂ ਅਸੀਂ ਮੁਸ਼ਕਲ ਦਾ ਸਾਹਮਣਾ ਕਰਨਾ ਉਹ ਤਾਂ ਕਰਨਾ ਹੀ ਹੈ। ਜੇਕਰ ਹੁਣ ਤੁਸੀਂ ਬਾਰਿਸ਼ ਦੀ ਗੱਲ ਕਰਦੇ ਆ, ਤਾਂ ਬਾਰਿਸ਼ ਤਾਂ ਅਸੀਂ ਜਦੋਂ ਖੇਤੀ ਕਰਦੇ ਹਾਂ, ਕਈ ਵਾਰ ਵਿਸਾਖ ਦੇ ਦਿਨਾਂ 'ਚ, ਅਪ੍ਰੈਲ ਦੇ ਮਹੀਨੇ 'ਚ ਮਤਲਬ ਸਾਡੇ ਬਾਰਿਸ਼ ਆ ਜਾਂਦੀ ਆ ਅਤੇ ਅਸੀਂ ਗੇਹੂੰ ਨੂੰ ਸਾਂਭਦੇ ਹਾਂ। ਜੇ ਹੁਣ ਅਸੀਂ ਸਾਉਣ ਚਾਵਲ ਦਾ ਸੀਜ਼ਨ ਆ, ਹੁਣ ਬਾਰਿਸ਼ਾਂ ਆਉਂਦੀਆਂ ਅਤੇ ਅਸੀਂ ਉਹ ਚਾਵਲ ਨੂੰ ਦੂਜਾ ਕਣਕ ਨੂੰ ਸਾਂਭਦੇ ਹਾਂ। ਜਿਵੇਂ ਚਾਵਲ ਦਾ ਸੀਜ਼ਨ ਆ ਗਿਆ, ਸਾਉਣ ਭਾਦੋ ਨੂੰ ਬਾਰਿਸ਼ਾਂ ਆਉਂਦੀਆਂ, ਅਸੀਂ ਜਾ ਕੇ ਆਪਦਾ ਪਾਣੀ ਬੰਨ੍ਹਦੇ ਹਾਂ, ਸਭ ਕੁਝ ਕਰਦੇ ਹਾਂ, ਖਾਦਾਂ ਪਾਉਂਦੇ ਹਾਂ, ਦਵਾਈਆਂ, ਬਾਰਿਸ਼ ਦੇ ਵਿੱਚ ਤੁਰੇ ਫਿਰਦੇ, ਸਾਡੇ 'ਤੇ ਬਾਰਿਸ਼ ਦਾ ਐਡਾ ਜ਼ਿਆਦਾ ਅਸਰ ਨਹੀਂ ਹੈ। ਹਾਂਜੀ, ਕੀ ਨਾਮ ਹੈ ਜੀ? ਮੈਂ ਸਲਵਿੰਦਰ ਸਿੰਘ ਜਾਣੀ ਆ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਪ੍ਰਧਾਨ ਜਲੰਧਰ ਵੱਲੋਂ। ਸਰ ਕਿੰਨੇ ਦਿਨ ਹੋ ਗਏ ਜੰਡਾਲਾ ਗੁਰੂ ਦੇ ਵਿੱਚ? 105 ਦਿਨ ਹੋ ਗਏ ਆ। ਅਤੇ ਕੇਂਦਰ ਸਰਕਾਰ ਆਪਣੀ ਅੜੀ ਨਹੀਂ ਛੱਡ ਰਹੀ, ਕਿਸਾਨ ਆਪਣੇ ਹੱਕਾਂ ਵਾਸਤੇ ਦਿੱਲੀ ਦੇ ਵਿੱਚ ਡਟੇ ਹੋਏ ਨੇ ਅਤੇ ਜੰਡਾਲਾ ਗੁਰੂ ਦੇ ਵਿੱਚ ਵੱਖਰੇ ਵੱਖਰੇ ਜਥੇਬੰਦੀਆਂ ਦੇ ਵੱਲੋਂ ਜਿਹੜੇ ਪ੍ਰਦਰਸ਼ਨ ਕੀਤੇ ਜਾ ਰਹੇ, ਕੀ ਕਹਿਣਾ ਚਾਹੁੰਦੇ? ਇਹ ਵੇਖੋ, 105 ਦਿਨ ਇੱਥੇ ਲਗਾਤਾਰ ਹੋ ਗਏ, ਇਸੇ ਤਰ੍ਹਾਂ ਦਿੱਲੀ 'ਚ ਆ, ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਉਨਾ ਚਿਰ ਲਗਾਤਾਰ ਸੰਘਰਸ਼ ਚੱਲਣਾ ਵਾ, ਭਾਵੇਂ ਜਿੰਨਾ ਮਰਜ਼ੀ ਵੱਧ ਚੱਲੇ। ਕਿਉਂ ਜਿਹੜੇ ਪਹਿਲਾਂ ਤੋਂ ਵੀ ਆ, ਜਿਹੜੀ ਜ਼ੁਲਮ ਦੇ ਜ਼ੁਲਮ ਆ ਉਹਨੂੰ ਵਾਪਸ ਕਾਲੇ ਕਾਨੂੰਨ ਨੂੰ ਲੈਣੇ ਪੈਣੇ, ਪਹਿਲਾਂ ਤੋਂ ਵੀ ਸੰਘਰਸ਼ ਚੱਲਦੇ ਆਏ, ਇਸ ਤਰ੍ਹਾਂ ਜਿੱਤ ਜਿਹੜੀ ਉਹ ਸੱਚਾਈ ਦੀ ਹੋਣੀ ਅਤੇ ਹੁਣ ਵੀ ਜਿਹੜੀ ਆ ਉਹ ਵੀ ਜਿੱਤ ਜਿਹੜੀ ਸੱਚਾਈ ਦੀ ਹੋਣੀ, ਜੋ ਪਹਿਲਾਂ ਤੋਂ ਇਤਿਹਾਸ ਤੋਂ ਹੀ ਤੁਰੇ ਆਉਂਦੇ ਦੇਖਿਆ ਵਾ, ਇਹ ਜਿਹੜਾ ਕਾਲੇ ਕਾਨੂੰਨ ਵਾਪਸ ਹੋਣਗੇ ਅਤੇ ਸੰਘਰਸ਼ ਘਟਣੇ ਨੇ ਨਹੀਂ ਘਟਣੇ। ਕੇਂਦਰ ਵੱਲੋਂ ਕਿਹਾ ਗਿਆ ਕਿ ਸੋਧ ਕੀਤੇ ਜਾਣ, ਬਿਲਕੁਲ ਖਾਲੀ ਡੱਬਾ ਵਾ ਜਿਹੜਾ ਸੋਧ ਕੀਤਾ ਜਾਂਦਾ। ਹੁਣ ਕੇਂਦਰ ਆਉਂਦੇ ਆ ਸੋਧ ਕਰਦੇ ਹੋ, ਜੇ ਗਲਤ ਬਣੇ ਆ ਤਾਂ ਸੋਧ ਨੂੰ ਆਉਂਦੇ ਆ ਨਾ, ਅਤੇ ਜੇ ਸਹੀ ਬਣੇ ਹੁੰਦੇ ਤਾਂ ਸੋਧ ਦਾ ਨਾਂ ਹੀ ਨਹੀਂ ਹੋਣਾ ਵੀ ਸਹੀ ਬਣੇ, ਉਹ ਆਪ ਸਰਕਾਰ ਮੰਨਣ ਦੇ ਵੀ ਸੋਧ ਕਰ ਦਿੰਦੇ ਆ। ਸੋਧ ਕਰਨ ਦਾ ਮਤਲਬ ਉਹਨਾਂ ਦੇ ਵੀ ਸਾਰੇ ਕਾਨੂੰਨ ਵਾਪਸ ਲੈ ਲੈਂਦੇ ਆ ਅਤੇ ਡੱਬਾ ਖਾਲੀ ਵਿੱਚ ਰੱਖ ਲੈਂਦੇ, ਜੋ ਡੱਬਾ ਖਾਲੀ ਰੱਖ ਲੈਂਦੇ ਆ ਅਤੇ ਜੋ ਮਰਜ਼ੀ ਮੁੜਕੇ ਵਿੱਚ ਪਾ ਲਿਆ। ਪੰਜਾਬ ਦੀਆਂ ਸਰਕਾਰਾਂ ਸਿਆਸੀ ਖੇਡ ਰਹੀਆਂ ਜਾਂ ਤੁਹਾਡੇ ਵਿੱਚ ਜਾਣ ਕੇ ਵਿਚਾਰ ਰਹੀਆਂ 2022 ਨੂੰ ਲੈ ਕੇ? ਦੇਖੋ, ਪਹਿਲਾਂ ਤਾਂ ਜਿਹੜੀਆਂ ਅਸੀਂ ਪਹਿਲਾਂ ਤਾਂ ਸ਼ਰੇਆਮ ਹੀ ਆਖਦੀਆਂ ਇਹ, ਚਾਹੇ ਕੈਪਟਨ ਸਰਕਾਰ ਸੀ ਉਹਨੇ ਵੀ ਸਾਈਨ ਕੀਤੇ ਸੀ, 6 ਮੈਂਬਰੀ ਕਮੇਟੀ 'ਚ ਕੈਪਟਨ ਨੇ ਵੀ, ਅਤੇ ਜਿਹੜੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸੀ ਇਹਨੇ ਵੀ ਸਾਈਨ ਕੀਤੇ ਸੀ ਵੀ ਆਉਂਦੇ ਕਾਨੂੰਨ ਬਹੁਤ ਸਾਫ਼। ਅਤੇ ਜਦੋਂ ਕਿਸਾਨਾਂ ਦਾ ਸੰਘਰਸ਼ ਆਇਆ ਅਤੇ ਉਦੋਂ ਗਾਲੀ ਟੇਕ ਨਾ ਸਕੇ, ਉਦੋਂ ਅਸਤੀਫੇ ਦੇਣੇ ਪਏ, ਫਿਰ ਆਪਦੀਆਂ ਵੋਟਾਂ ਰੋਟੀਆਂ ਸੇਕਣ ਦਾ ਕਰਕੇ, ਵੋਟਾਂ ਬਟੋਰਨ ਦਾ ਕਰਕੇ ਇਹਨਾਂ ਆਪਦੇ, ਚਾਹੇ ਟਰੈਕਟਰ ਰੈਲੀਆਂ ਸੀ ਚਾਹੇ ਉੱਦਾਂ ਰੈਲੀਆਂ ਸੀ, ਇਹਨਾਂ ਫਿਰ ਕਰ
ਸੰਘਰਸ਼ ਤਿੱਖਾ ਹੁੰਦਾ ਨਜ਼ਰ ਆਊਗਾ? ਬਿਲਕੁਲ ਵਧੂਗਾ, ਪਹਿਲਾਂ ਤੋਂ ਦੇਖੋ ਜੋ ਲੱਗੇ ਸੰਘਰਸ਼ ਵੱਧਦਾ ਹੀ ਗਿਆ, ਘਟਿਆ ਤਾਂ ਨਹੀਂ, ਇਹਦੋਂ ਵਧੂਗਾ, ਦੁੱਗਣਾ ਤਿੱਗਣਾ ਚੌਗਣਾ ਹੋਊਗਾ, ਪਰ ਘਟਣਾ ਨਹੀਂ ਗਾ। ਕਿਸਾਨ ਕਈ ਆਪਣੇ ਹੱਕਾਂ ਵਾਸਤੇ ਸ਼ਹੀਦ ਹੋ ਗਏ ਨੇ, ਕੀ ਕਹਿਣਾ ਚਾਹੀਦਾ? ਹਾਂ ਬਿਲਕੁਲ, ਇੱਕ ਤਾਂ ਮੰਦਭਾਗੀ ਸਰਕਾਰ ਵਾਸਤੇ ਆ, ਸਰਕਾਰ 'ਤੇ ਜਿਹੜਾ ਇਹ ਇਲਜ਼ਾਮ ਆ ਵੀ ਜਿਹੜਾ ਇਹ ਸਰਕਾਰ ਨੇ ਸ਼ਹੀਦ ਕੀਤੇ ਆ, ਦੂਜਾ ਨੰਬਰ ਜਿਹੜੇ ਸ਼ਹੀਦ ਹੋ ਗਏ ਆ ਲੋਕਾਂ ਦੇ ਸੰਘਰਸ਼ ਲੜਦੇ ਹੁੰਦੇ ਆ, ਪਹਿਲਾਂ ਤਾਂ ਵੀ ਆਏ ਆ ਸਾਡੇ ਸ਼ਹੀਦ ਭਗਤ ਸੋਹਣਾ ਵੀ ਕੁਰਬਾਨੀਆਂ ਦਿੱਤੀਆਂ, ਸੁਖਦੇਵ ਸਿੰਘ ਦਿੱਤੀਆਂ, ਹੋਰ ਸਾਡੇ ਜਿਹੜੇ ਸ਼ਹੀਦੀਆਂ ਦਿੱਤੀਆਂ, ਪਰ ਉਹ ਸ਼ਹੀਦ ਜਿਹੜੇ ਸ਼ਹੀਦ ਮੰਨੇ ਜਾਂਦੇ ਆ ਵੀ ਲੋਕਾਂ ਦੀ ਖਾਤਰ, ਜਿਹੜਾ ਇਹ ਰੋਜ਼ ਪੜ੍ਹਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ, ਉਹ ਸਰਬੱਤ ਦੇ ਭਲੇ ਵਾਸਤੇ ਸ਼ਹੀਦ ਹੋਏ ਆ, ਕੋਈ ਘਰ ਦੇ ਕੰਮ ਵਾਸਤੇ ਨਹੀਂ ਹੋਏ।